ਵਾਹਿਗੁਰੂ ਜੀ ਵਾਹਿਗੁਰੂ। ਗੁਰੂ ਗਰੀਬਨ ਵਾ ਚੱਬਨ ਚੱਲਣ ਲਟਨ ਸੇ ਚੱਬਨੇ ਚੱਲਣ ਰਟਨ ਸੇ ਸੁਣਿਆਰ ਬਹਿ ਗਏ ਕਿਹੜਾ ਮੋਤੀ ਕਾਸੇ ਜਾਨੀ ਚੱਲ ਗਏ ਮੇਰੇ ਹਜ਼ੂਰ ਕਲਗੀਧਰ ਸੱਚੇ ਪਾਤਸ਼ਾਹ ਦਾ ਹਮੇਸ਼ਾ ਹੀ ਜਿਸ ਦਰਬਾਰ ਵਿੱਚ ਜਾਂਦੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦਾ ਪਿਆਰ ਸੁਣਾਉਂਦੇ ਹਨ। ਇੱਕ ਸ਼ਬਦ ਤੋਂ ਬਾਅਦ ਸਕੇਸ ਕੱਤਰ ਮੇਰੇ ਛੋਟੇ ਵੀਰ ਗੁਰਤੇਜ ਸਿੰਘ ਦੇ ਬਚਨਾਂ ਤੋਂ ਇੱਧਰ ਉੱਧਰ ਨਹੀਂ ਜਾਣਾ ਕਿਉਂਕਿ ਮਹਾਂਪੁਰਖ ਅਜੇ ਬੇਅੰਤ ਬੈਠੇ ਸੀਮਤ ਸਭਾ ਇਸ ਸਟੇਜ 'ਤੇ 10 ਮਿੰਟ ਮੰਨ ਜਾਣੇ 10 ਘੰਟਿਆਂ ਬਰਾਬਰ ਨੇ। ਮੈਂ 2 ਹੀ ਸ਼ਬਦ ਕਹਿਣੇ ਨੇ। ਹਜ਼ੂਰ ਕਲਗੀਧਰ ਸੱਚੇ ਪਾਤਸ਼ਾਹ ਦਾ ਪਿਆਰ ਚਲਾਉਣ ਵਾਲੇ ਰਾਜਾ ਜੋਗੀ ਬ੍ਰਹਮ ਗਿਆਨੀ ਸੰਤ ਭੈਣ ਸਿੰਘ ਜੀ ਮੋਨੀ ਰਾਜ ਰਿਸ਼ੀ ਕਹਿਣੀ ਅਤੇ ਕਾਨੂੰਨ ਦੇ ਪੂਰੇ ਮਹਾਂ ਪੀਸ਼ਰ ਜਿਨ੍ਹਾਂ ਦਾ ਕਨੇਡਾ ਵਿੱਚ ਵੀ ਬਰਸੀਆਂ ਮਨਾਉਣ ਵਾਲੇ ਮੇਰੇ ਸਾਡੇ ਪਰਮ ਦੋਹਤੇ ਮਹਾਂ ਦੋਹਤੇ ਮੇਰੀ ਇੰਦਰਜੀਤ ਭੈਣ ਦਾ ਬੇਟਾ ਬਾਬਾ ਜੀ ਦੇ ਮਹਾਨ ਭਾਂਜੇ ਹੋਣ ਦਾ ਤਕੱਲਸ ਉਹਨਾਂ ਨੂੰ ਪ੍ਰਾਪਤ ਪਰ ਉੱਥੇ ਜਹਾਜ਼ਾਂ ਵਿੱਚ ਜਾਨਾਂ ਚੜ੍ਹ ਜਾਣੀਆਂ ਇੰਨਾ ਸਮਾਂ ਨਹੀਂ ਮੈਂ ਬੋਲਣਾ। ਇਹ ਮੇਰੇ ਟਿੱਬੇ ਵਾਲੇ ਸ਼ਹਿਨਸ਼ਾਹ ਦੀ ਇੱਕ ਵਡਿਆਈ ਹੈ ਜਿਵੇਂ ਮੱਖਣ ਸ਼ਾਹ ਨੇ ਪੱਲੂ ਫੇਰਿਆ ਸੀ ਨਾ ਕਹਿੰਦੇ ਲਾਡੋ ਰੇ ਗੁਰ ਲਾਡੋ ਰੇ। ਇਹ ਮੇਰੇ ਪਾਤਸ਼ਾਹ ਕਲਗੀਆਂ ਵਾਲੇ ਦੇ ਹਜ਼ੂਰ ਬਾਬਾ ਨਰੈਣ ਸਿੰਘ ਜੀ ਮੋਨੀ ਜੀ ਇਸ ਨਿੱਕੀ ਜੀ ਨਗਰੀ ਕਹਿੰਦੇ ਹੋ ਤੁਸੀਂ ਮੋਹਾਲੀ ਦਾ ਸਾਧ ਸੰਗਤ ਜੀ ਸਮੁੰਦਰ ਤੋਂ ਡੂੰਘੇ ਸਾਹ ਚਲੇ ਗਈ ਆਖੋ ਸਤਨਾਮ ਵਾਹਿਗੁਰੂ ਦੇ ਐਡਾ ਵੱਡਾ ਛਤਰ ਚੜਾ ਕੇ ਸੰਸਾਰ ਤੇ ਪੜੋ ਪਿਆਰ ਨਾਲ ਬਾਬਾ
ਦਸਾਂ ਗੁਰੂਆਂ ਦੀ ਜੋਤ ਉਹਨਾਂ ਤੇ ਮਹਾਨ ਕਿਰਪਾ ਸੀ, ਮੇਰੇ ਸਤਿਗੁਰੂ ਕਿਰਪਾ ਸਿੰਘ ਦੀ ਕਿਰਪਾ ਸੀ ਉਹਨਾਂ ਤੇ ਰਹਿਮ, ਜੋ ਪਰ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੁਛ ਕਣਕਾਂ ਮਾਤਰ ਵਰਤਾ ਕੇ ਗਏ ਨੇ, ਭਰੇ ਪਏ ਨੇ ਭੰਡਾਰੇ ਤੇਰੇ ਨਾਮ ਦੇ, ਲੁੱਟੋ ਮਨਾ ਨੀ ਮਾਓ। ਅੱਜ ਉਹਨਾਂ ਦੇ ਟੱਕ ਤੇ ਲਾਇਕ ਹੋ ਵਹਿ ਜੋ ਟੱਕ ਤੇ ਲਾਇਕ ਹੋਏ। ਐਵੇਂ ਨੀ ਟੱਕ ਤੇ ਸਜਾਇਆ ਬਾਬਾ ਰਣਜੀਤ ਸਿੰਘ। ਅੱਜ ਉਹ 22 ਸਾਲਾਂ ਬਾਅਦ ਜਿਵੇਂ ਗੁਰਤੇਜ ਸਿੰਘ ਮੇਰੇ ਵੀਰ ਬੋਲਦੇ ਨੇ, ਅੱਜ ਉਸ ਕਮਲੇ ਲਾਲਕੋ ਨੂੰ ਉਹ ਪਿਆਰ ਗੁਰਦੰਗ ਕਰ ਦਿੱਤਾ ਕਿ ਐ ਦੁਨੀਆ ਭੁਲਾ ਦਿੱਤੀ। 22 ਸਾਲਾਂ ਦਾ ਪਿਆਰ, ਮੇਰਾ ਖਿਆਲ ਆ ਕਰੋੜਾਂ ਜਨਮਾਂ ਦੇ ਵਿੱਚ ਇਹ ਮੁੱਕਣਾ ਨੀ। ਬਾਬਾ ਰਣਜੀਤ ਸਿੰਘ ਜੀ ਤੇਰੀ ਕਿਰਪਾ ਕੋ ਸਾ ਬੋਲੇ ਸੋਹਣਿਆ ਸਤਿ ਸ੍ਰੀ ਅਕਾਲ। ਛੋਟੇ ਵੀਰ ਗੁਰਤੇਜ ਸਿੰਘ ਦਾ ਆਤਰਣੀਆ, ਜਿਹਨਾਂ ਨੇ ਬੜੇ ਸੁਦੱਜੇ ਢੰਗ ਨਾਲ ਸੰਭਾਲਣ ਦਾ ਕੰਮ, ਗੁਰਦੇਵ ਸਿੰਘ ਜੀ ਲਾਲ ਤੋਂ ਮੇਰੇ ਪਿੰਡ ਵਾਲੇ ਰਾੜੇ ਵਾਲੇ ਮਹਾਂਪੁਰਖਾਂ ਦੀ ਸਟੇਜ 'ਤੇ ਸ਼ਾਮ ਦਿੰਦੇ, ਹਰ ਮਨਿਸਟਰ ਕਿਸੇ ਵੀ ਪਾਰਟੀ ਨਾਲ ਉਹਨਾਂ ਨੇ ਉਸ ਸਟੇਜ ਨੂੰ ਜਾ ਕੇ ਸਾਹਮਣਾ। ਜਦ ਏਡਾ ਪਿਆਰ ਹੋ ਜੂਗਾ ਨਾ ਤੁਹਾਡੇ ਅੰਦਰ, ਅਤੇ ਲਾਈਨਾਂ ਲੱਗ ਗਈਆਂ ਨਾ। ਹੁਣ ਮੈਂ ਜੇ ਵਾਰ ਪੜ੍ਹਨੀ ਆ, ਬਸ ਇਸ ਤੋਂ ਬਾਅਦ ਮੇਰਾ ਟਾਈਮ ਖਾਲੀ, 5 ਮਿੰਟ ਹੈ ਖਾਲੀ, 10 ਮਿੰਟ ਬਾਅਦ ਪੜ੍ਹਨੀ ਆ। ਬਾਬਾ ਜੀ ਦੇ ਆਏ ਅੱਜ ਜਿਵੇਂ ਮੈਨੂੰ ਅੰਗੀਠਾ ਸਾਹਿਬ ਕੀ ਐਸ ਮੋਹਾਲੀ ਦੇ ਕੋਨੇ ਕੋਨੇ ਵਿੱਚੋਂ ਗੁਰਸਿੱਖ ਬੱਚੀਆਂ ਅਤੇ ਗੁਰਸਿੱਖ ਖਾਲਸੇ ਦੀ ਧੂੜ ਵਿੱਚੋਂ, ਐ ਮਰਖਾਂ ਪੁਰਖਾਂ ਦੇ ਪਿਆਰ ਵਿੱਚੋਂ ਮੋਨੀ ਸੱਚੇ ਪਾਤਸ਼ਾਹ ਦਾ ਦੀਦਾਰ ਹੋ ਰਿਹਾ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਪਿਆਰਿਓ ਕਿਤੇ ਨਹੀਂ ਜਾਂਦੇ, ਮਹਾਂਪੁਰਖ ਮੇਰੇ ਵਰਗੇ ਮੂਰਖ ਜੰਮਦੇ ਮਰਦੇ ਨੇ, ਸਾਨੂੰ ਕਿਤੇ ਨਹੀਂ ਜਾਂਦੇ। ਅਤੇ ਮੇਰੇ ਵਰਗਿਆਂ ਨੂੰ ਕਿਹਨੇ ਪੁੱਛਣਾ ਸੀ ਜੇ ਮਹਾਂਪੁਰਖ ਗਏ ਹੁੰਦੇ ਸੀ ਕੈਨੇਡਾ 'ਚ ਜਹਾਜ਼ 'ਚ, ਅਸੀਂ ਕਿਵੇਂ ਚੜ੍ਹ ਜਾਂਦੇ? ਆਖੋ ਸਤਨਾਮ ਸ੍ਰੀ ਵਾਹਿ। ਨਮੋ ਨਾਥ ਮਹਾਰਾਜ ਮੇਰੇ ਪਰਦਾਦਾ ਗੁਰੂ 'ਤੇ। ਇੱਕ ਪੰਜੀ ਨਾ ਹੋਣੀ ਦਾਸ ਦੇ ਕੋਲ, ਸਾਈਕਲ ਵੀ ਨਾ ਹੋਣਾ। ਧੰਨ ਮੇਰੇ ਸੰਤ ਬਾਬਾ ਨੈਣ ਸਿੰਘ ਮੋਨੀ ਜੀ, ਤੂੰ ਜਹਾਜ਼ ਨਾ ਫੁਲਸਟਾ ਵਾਲੇ ਲਾਲ ਤੋਂ ਵਾਲੇ ਬਾਬੇ ਕਿਆ ਜਾਣੇ ਸੰਸਾਰ ਸਾਧੂ ਕੀ ਦਿੰਦੇ ਨੇ, ਉਹ ਆ ਦਿੰਦੇ ਨੇ ਮੇਰੇ ਕਲਗੀ ਵਾਲੇ ਸੱਚੇ ਪਾਤਸ਼ਾਹ। 6 ਮਹੀਨੇ ਦੇ ਭੁੱਖੇ ਸਿੰਘ ਹਜ਼ੂਰ ਆਏ ਕਹਿੰਦੇ ਸੀ ਮੈਂ 1 ਮਿੰਟ ਵੀ ਉੱਤੇ ਨਾ ਲੈ ਜਾਂ। ਮੈਨੂੰ ਐਂ ਲੱਗਦਾ ਜੇ ਜੀ ਦਾ ਜਿਵੇਂ ਗੋਲੀ ਆਉਂਦੀ ਹੋਈ ਆ, ਇਹਦੇ ਬਚਨਾਂ 'ਚ ਇੰਨੀ ਤਾਕਤ ਹੁੰਦੀ। ਕਿਉਂਕਿ ਬਿਲਕੁਲ ਠੀਕ ਹੈ, ਹਰ ਇੱਕ ਦਾ ਫਰਜ਼ ਹੈ, ਹਰ ਜਿਹ ਨੂੰ ਕਹਿਣਾ ਕਿ ਚੰਗੇ ਨੇ। ਆਓ ਮੈਂ ਬਾਬਾ ਜੀ ਦੀ ਵਾਰ ਕਹਿਣ ਲੱਗਿਆ, ਹਰ ਸਟੇਜ 'ਤੇ ਭੈਣੋ ਕੋਈ ਖਾਲੀ ਨਾ ਰਹਿ ਜਾਓ। ਇਹ ਮੱਚ ਕੋਈ ਭੁੱਲੇ ਬਾਬਾ ਨਾਲ 100 ਪੀਪਾ ਲਾਇਆ, 3 ਟਰੱਕ ਲੱਕੜਾਂ ਦੇ ਲਿਆਏ, 21 ਪੀਪੇ ਲਿਆਏ, ਕੋਈ ਨਹੀਂ ਲਿਆ ਸਕਦਾ। ਸੇਵਾ 100 ਕਰੂੰਗਾ ਜਿਹਦੇ 'ਚ ਟਿੱਬਿਆ ਇਹਦੀ ਨਜ਼ਰ ਹੋਊਗੀ। ਆਖੋ ਸਤਿਨਾਮ। ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਖਸਮੇ ਕਾ ਮਹਿਲ ਪਾਏ। ਚਲੇ ਜਾਣਾ ਨਾ, ਕਹਿੰਦੇ ਜਿੱਥੇ ਹੋਏਗਾ ਉੱਥੇ ਸਭ ਕੁਝ ਛੱਡ ਕੇ ਆ ਜੀ। ਅੱਜ ਬਾਬਾ ਰਣਜੀਤ ਸਿੰਘ ਇਸ ਦਰ ਦੇ ਮੰਗਤੇ ਦਾ ਜਦ ਮਰਜ਼ੀ ਪਰਚਾ ਪਾਉਣ, ਪਰ ਮੈਂ ਪਰਚਾ ਨਹੀਂ ਕਹਿ ਸਕਦਾ ਕਿਉਂਕਿ ਇਹਨਾਂ ਦਾ ਪਰਚਾ ਚੱਲਿਆ ਵੀ ਨਹੀਂ ਜਾਣਾ। ਸੇਵਾ ਲਾਉਣ ਹਾਜ਼ਰ ਦਾ ਰਾਸ ਇਹਨਾਂ ਦਾ ਮੰਗਤਾ, ਇਹਨਾਂ ਨੇ ਇੱਥੇ ਟਿੱਕ ਪਹੁੰਚਾਇਆ, ਮੈਨੂੰ ਕੋਈ ਪੁੱਛਦਾ ਨਹੀਂ ਸੀ। ਆਖੋ ਸਤਨਾਮ ਵਾਹਿਗੁਰੂ। ਲਾਲਕੋ ਦਾ ਨਾਂ ਚਮਕਾਤਾ, ਕਹਿੰਦੇ ਲਾਲਕੋ ਵਾਲੇ ਬਾਬੇ ਵੱਜਣਾ, ਤੇਰੇ ਪਿੰਡ ਨੂੰ ਕੋਈ ਨਹੀਂ ਜਾਣਦਾ। ਮੇਰੇ ਪਿੰਡ ਨੂੰ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਮਹਾਰਾਜ, ਨਾ ਟੋਪੇ ਭੈਣੀ ਸਾਹਿਬ ਦੇ ਲੱਗ ਗਿਆ ਦੱਸਣ, ਅੱਜ ਵੀ ਨਹੀਂ ਮੈਂ ਝੂਠ ਬੋਲ ਚੱਲਿਆ। ਪੜ੍ਹੋ ਪਿਆਰ ਮੇਰੀ ਯਾਰ ਦੀ ਫੱਟੀ ਤੇ ਲਿਖੇ ਹੋਏ, ਕੋਈ ਖਾਲੀ ਨਾ ਰਹਿ ਜਾਓ। ਪਿਆਰ ਤੋਂ ਜਿਹਦਾ ਜੱਗ 'ਚ ਹਿੱਸਾ ਪੈ ਗਿਆ, ਬਾਬਾ ਜੀ ਕਹਿੰਦੇ ਹੁੰਦੇ ਸੀ
ਮੈਨੂੰ ਕਹਿੰਦੇ ਮੰਗ ਮੰਗ ਕੇ ਨੰਬਰ ਬਣਾਈ ਜਾਂਦਾ। ਹਜ਼ੂਰ ਕਨੇਡਾ 'ਚ ਗਏ ਸੀ ਪਿਆਰਿਓ, ਬਾਬਾ ਜੀ ਕਹਿੰਦੇ 12 ਸਾਲ ਡਾਲੀ ਫੇਲ। ਮਹਾ ਜੀ ਮੈਂ ਇੰਜੀਨੀਅਰ ਲੱਗਿਆ ਲੁਡਿਆਣੇ, ਇਹੋ ਜਿਹੀਆਂ ਗਾਲਾਂ ਕੱਢੀਆਂ ਨਾ, ਕਹਿੰਦੇ ਇੱਥੇ ਕੀ ਕਰਨਾ ਲੁਡਿਆਣੇ, ਹੱਥ ਨਹੀਂ ਸੀ। ਆਖੋ ਵਾਹਿਗੁਰੂ ਵਾਹਿਗੁਰੂ ਜੀ, ਉਹਨਾਂ ਦੇ ਚਰਨਾਂ 'ਚ ਹੁਕਮ ਮੰਨਿਆ, ਮੰਗਣ ਗਿਆ ਸੋ ਮਰ ਗਿਆ। ਕਹਿੰਦੇ ਉਹ ਸੇਵ ਤਾਂ ਮੈਂ ਨਾਂ ਨਹੀਂ ਲੈਣਾ। ਕਹਿੰਦੇ ਕਿਹਦੀ ਖਾਤਰ ਮੰਗਣਾ ਹੋ? ਆਖੋ ਵਾਹਿਗੁਰੂ, ਆਪਦੀ ਢਿੱਡ ਦੀ ਖਾਤਰ ਤਵੇ ਨਹੀਂ ਖੜਕਾਉਣੇ ਚਾਹੀਦੇ, ਬੜਾ ਕੁਛ ਦਿੰਦਾ। ਇੱਥੇ ਜੋ ਮਿਲਿਆ ਉਹ ਕਿਤੇ ਨਹੀਂ ਮਿਲਦਾ, ਭਾਵੇਂ ਗੁਰਦਾਸ ਮਾਨ 10 ਲੱਖ ਦਾ ਟਾਈਮ ਲਾਉਂਦਾ, ਪਰ ਜੋ ਮੇਰੇ ਪਾਤਸ਼ਾਹ ਗੁਰੂ ਨਾਨਕ ਕੋਲੋਂ, ਜੋ ਟਿੱਬੇ ਵਾਲੇ ਪਾਤਸ਼ਾਹ ਕੋਲੋਂ ਮਿਲਿਆ ਉਹ ਕਿਤੇ ਨਹੀਂ ਮਿਲ ਸਕਦਾ। ਮੋਦੀ ਕੀ ਹੈ ਇਹ ਜੇ ਵੀ ਮੋਦੀ ਸਾਨੂੰ ਇਹ ਨਹੀਂ ਕੁਛ ਦੇ ਸਕਦਾ। ਮੋਦੀ ਮਾਦੀ ਆਖੋ ਹੱਥ ਨਾਮ ਪੜੋ ਪਿਆਰ ਨਾਲ, ਉਹ ਮੇਰੀ ਯਾਦ ਦੀ ਫੱਟੀ ਤੇ ਲਿਖੇ ਹੋਏ ਨੇ ਚੋਜ ਚੋਜੀਆਂ ਤੇਰੇ ਭੁੱਲ ਤੇ ਨਹੀਂ। ਸਾਂਝੀ ਚਾਕੀ 500 ਦਾ ਨੋਟ ਪੁਰਾਉਣਾ ਘੱਟੀ ਦਾ ਨਹੀਂ ਮਾਰਦਾ, ਸਾਡਾ ਚੰਦ ਅਰ ਗਏ ਭੈਣੋ, ਕੋਈ ਖਾਲੀ ਨਾ ਰਹਿ ਜਾਓ, ਸਾਰੇ ਲਾਏ ਗਰਾ ਲਾ ਦਿਓ, ਤੁਹਾਡਾ ਲੰਗਰ ਤੇ ਚੱਲੂਗਾ। ਸੌਂ ਗਊ ਜੀ ਜੇ ਮੈਂ ਚੱਕ ਕੇ ਲਿਜਾ, ਤੁਹਾਨੂੰ ਨੈਣਾ ਦੇਵੀ ਦੀ ਸੌਂ ਜੇ ਤੁਸੀਂ ਨਾ ਲਿਆ, ਦੋਨੇ ਹੀ ਵਰੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਸੌਂ ਖਾਣੀ ਨਹੀਂ, ਭਵਾਨੀ ਗੜ ਵਾਲੀ ਹੈ ਬੀਬੀ, ਚੱਕ ਦੇ ਫਟੇ ਆਓ ਕਰੋ ਪਿਆਰ। ਸਾਰੀ ਸੰਗਤ ਸਾਡੇ ਇਹ ਬਾਬਾ ਜੀ ਦੀ ਸੰਗਤ, ਬਾਬਾ ਗੁਰਜੀਤ ਸਿੰਘ ਮਹਾਰਾਜ ਦੀ ਸੰਗਤ, ਬੜੋ ਪਿਆਰ ਨਾਲ ਇਹ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਹੈ। ਆਖੋ ਸਤਨਾਮ। ਮੇਰੀ ਯਾਦ ਦੀ ਫੱਟੀ ਤੇ ਲਿਖੇ ਹੋਏ ਨੇ ਚੋਜ ਚੋਜੀ ਆ ਤੇਰੇ ਭੁੱਲ ਦੇ ਨਹੀਂ, ਪੈ ਜੋ ਪੇਟ ਵਿੱਚ ਲੱਖਾਂ ਨਹਾਰੇ ਸਮੇਂ ਨਾਲ ਭੁੱਲ ਦੇ।
ਸਦੀਆਂ ਪੁਰਾਣਾਂ ਤੋਂ ਖੇਵਾਂ। ਹੁਣ ਬਹੁਤ ਕਰਨੀ ਵਾਲੇ ਮਹਾਂਪੁਰਖ ਬੈਠੇ ਨੇ ਸਾਰਿਆਂ ਤੋਂ ਸਮਾਂ, ਜਿਹੜੇ ਗੁਰਸਿੱਖ ਕਲਮੀ ਧਰਦੇ ਲਾਡਲੇ ਵਿੱਚ ਇਹਨਾਂ ਨੂੰ ਪਿਆਰ ਦੇ ਕੇ ਆਏ ਸੀ ਮਹਾਂਪੁਰਖ, ਮੈਂ ਵੀ ਇਹਨਾਂ ਦੇ ਹੱਥਾਂ 'ਚ ਬੁੱਢਾ ਹੋ ਗਿਆ। ਜਿਹੜੇ ਖਾਲਸੇ ਜਿਨ੍ਹਾਂ ਨੂੰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਾਂਭਣ ਵਾਲੇ ਉਹ ਵੀ ਇਸ ਸਟੇਜ 'ਤੇ ਵਿਰਾਜਮਾਨ ਨੇ, ਸਾਡੇ ਮਹਾਨ ਕਥਾਵਾਚਕ ਨਾਭੇ ਵਾਲੇ ਮੇਰੇ ਵੀਰ ਜੀ ਔਰ ਬਾਬਾ ਜੀ ਢਿੰਗੀ ਵਾਲੇ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।